ਇਹ ਜੀ ਅਸੀਂ ਲਾਇਆ ਜੀ ਇਹ ਜਾਖਲ ਤੋਂ ਜਿਹੜਾ ਸੁਨਾਮਨ ਮੇਨ ਹਾਈਵੇ ਆ ਉਹ ਜਾਮ ਕੀਤਾ ਅਸੀਂ ਨੇ। ਉਹ ਜਾਮ ਇਸ ਕਰਕੇ ਕੀਤਾ ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਵਿਰੁੱਧ ਕਾਲੇ ਕਾਨੂੰਨ ਲਾਗੂ ਕਰੇ ਨੇ ਵੀ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਈਆ ਜੁਰਮਾਨਾ। ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਆ, ਕਿਸੇ ਦੇ ਵੀ ਨਹੀਂ। ਬਾਕੀ ਸਾਡੇ ਕਈ ਯੂਨੀਅਨ ਇਕੱਠੀਆਂ ਜਿਵੇਂ ਸਾਡੇ ਟਰੱਕ ਯੂਨੀਅਨ ਹੋ ਗਈ ਲਹਿਰਾ ਗਾਗਾ ਅਤੇ ਟੈਕਸੀ ਯੂਨੀਅਨ ਲਹਿਰਾ ਗਾਗਾ ਅਤੇ ਪਿਕਅਪ ਯੂਨੀਅਨ ਲਹਿਰਾ ਗਾਗਾ ਛੋਟਾ ਹਾਥੀ ਯੂਨੀਅਨ ਲਹਿਰਾ ਗਾਗਾ ਅਤੇ ਸਾਡੀ HTC ਟਰਾਂਸਪੋਰਟ ਗੋਬਿੰਦਗੜ੍ਹ ਜੇਜੀਆਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਯੂਨੀਅਨ ਆ ਜਿਵੇਂ ਡਕਾਉਂਦਾ ਗਰੁੱਪ ਹੈ ਅਤੇ ਕਿਸਾਨ ਯੂਨੀਅਨ ਹੋਰ ਵੀ ਜਥੇਬੰਦੀ ਹੈਗੀਆਂ ਸਾਡੇ ਨਾਲ, ਇਹਨਾਂ ਨੇ ਸਾਡਾ ਸਾਥ ਦਿੱਤਾ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ ਵੀ ਐਕਸੀਡੈਂਟ ਕਰਦੇ ਨੇ ਡਰਾਈਵਰ, ਡਰਾਈਵਰ ਭਲਾ ਜੀ ਕਿਉਂ ਐਕਸੀਡੈਂਟ ਕਰੂਗਾ? ਉਹਦੇ ਲਈ ਤਾਂ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ, ਗੱਡੀਆਂ ਦੇ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ? ਬਾਕੀ ਜੇ ਕੋਈ ਗੱਡੀ ਦੇ ਮੂਹਰੇ ਹੁਣ ਸਰਕਾਰਾਂ ਤਾਂ ਥੋਪੀ ਜਾਂਦੇ ਨੇ ਨਵੇਂ ਨਵੇਂ ਕਾਨੂੰਨ ਆ, ਜੇ ਹੁਣ ਸਰਕਾਰਾਂ 'ਤੇ ਅਵਾਰਾ ਪਸ਼ੂ ਹੋ ਰਹੇ ਨੇ, ਅਵਾਰਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਜਾਨਵਰ ਹੋ ਰਹੇ ਨੇ, ਹੈ ਜੀ, ਉੱਥੇ ਕਿਸੇ ਵੀ ਗੱਡੀ ਵਾਲੇ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮੁਆਵਜ਼ਾ ਦਿੰਦੀ ਹੈ? ਸਾਨੂੰ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ, ਉਹ ਵੀ ਕੱਟ ਕੇ ਖੜ ਜਾਂਦੇ ਨੇ। ਇਸ ਵਾਸਤੇ ਅਸੀਂ ਰੋਸ ਧਰਨਾ ਲਾਇਆ ਵੀ ਸਾਡਾ ਜਿਹੜਾ ਕਾਲਾ ਕਾਨੂੰਨ ਹੈ। ਹਾਂਜੀ, ਅਗਲਾ ਸੰਘਰਸ਼ ਕੀ? ਅਸੀਂ ਜੀ ਕੱਲ੍ਹ ਨੂੰ ਇਹ ਸਾਡਾ ਚੰਨੋਵਾਲਾ ਪਟਿਆਲਾ ਰੋਡ ਦਾ ਹਾਈਵੇ ਹੈ ਜਿਹੜਾ ਉਹ ਜਾਮ ਹੈ ਜੀ, ਕੱਲ੍ਹ ਨੂੰ ਸਾਡੀਆਂ ਯੂਨੀਅਨਾਂ ਵੱਲੋਂ ਸਾਰੀਆਂ ਵੱਲੋਂ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਉੱਥੇ ਜਾ ਰਹੇ ਹਾਂ। ਜਿੰਨਾ ਚਿਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੀ ਨਾਮ ਹੈ? ਮੇਰਾ ਨਾਮ ਜੀ ਜਸਵੀਰ ਸਿੰਘ ਪਟਾਲਕਲਾਂ ਜੀ, ਟਰੱਕ ਯੂਨੀਅਨ ਲਹਿਰਾ ਗਾਗਾ ਜੀ। ਜਸਵੀਰ ਸਿੰਘ, ਅੱਜ ਕੀ ਪ੍ਰੋਗਰਾਮ ਸੀ ਤੁਹਾਡਾ ਹੈਗਾ ਟਰੱਕਾਂ ਦੇ? ਤੁਸੀਂ ਡਰਾਈਵਰਾਂ ਨੂੰ ਰੋਕ ਰੋਕ ਹਾਰ ਪਾ ਰਹੇ ਸੀ, ਕਿਉਂ ਪਾ ਰਹੇ ਸੀ? ਅਸੀਂ ਜੀ ਟਰੱਕਾਂ ਜਿਹੜੇ ਕਿ ਸਾਡੇ ਇਸ ਧਰਨੇ ਵਿੱਚ ਸ਼ਾਮਿਲ ਨਹੀਂ ਹੁੰਦੇ ਫਿਰ ਵੀ ਗੱਡੀਆਂ ਚਲਾਈ ਜਾਂਦੇ ਨੇ, ਸਾਡੇ ਰੋਕਣ ਦੇ ਬਾਵਜੂਦ ਵੀ ਉਹ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ, ਅਸੀਂ ਉਹਨਾਂ ਦੇ ਜੀ ਰੋਕ ਰੋਕ ਕੇ ਹਾਰ ਪਾ ਰਹੇ ਹਾਂ। ਸਾਡਾ ਇਹ ਧਰਨਾ ਜੋ ਲਹਿਰਾ ਗਾਗਾ ਪੁਲ ਦੇ ਉੱਤੇ ਲੱਗਿਆ ਹੋਇਆ ਜਾਖਲ ਕੈਂਚੀਆਂ ਦੇ ਕੋਲ, ਇਸ ਕਰਕੇ ਕਿ ਸਾਡਾ ਰੋਸ ਹੈ ਉਹਨਾਂ 'ਤੇ ਤਾਂ ਹੀ ਹਾਰ ਪਾਉਂਦੇ ਹਾਂ ਜੀ ਕਿ ਤੁਸੀਂ ਵੀ ਯਾਰ ਸਾਡੇ ਧਰਨੇ ਦੇ ਵਿੱਚ ਸਾਥ ਦਿਓ। ਪਿਆਰ ਸਤਿਕਾਰ ਨਾਲ ਬੈਠ ਕੇ ਅਸੀਂ ਇਸ ਧਰਨੇ ਦਾ ਉਹ ਕਰ ਰਹੇ ਹਾਂ ਜੀ ਕਿ ਤੁਸੀਂ ਪਿਆਰ ਨਾਲ ਬੈਠੋ, ਸਾਡੇ ਨਾਲ ਵੀ ਸਾਥ ਦਿਓ, ਕਿਉਂਕਿ ਸਾਡੇ ਬੱਚੇ ਨੇ ਜੋ ਨਿੱਕੇ ਨਿੱਕੇ ਬੱਚੇ ਨੇ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ, ਇਹ ਸਾਡੇ ਵਾਸਤੇ ਬਹੁਤ ਮਾੜੇ ਨੇ। ਪਹਿਲਾਂ ਇਹਨਾਂ ਨੇ 15 ਸਾਲ ਪੁਰਾਣੀ ਗੱਡੀ ਦਾ ਕਾਨੂੰਨ ਲਿਆਂਦਾ, ਉਹ ਵੀ ਸਾਡੇ ਵਾਸਤੇ ਮਾੜਾ ਕਿ ਜਿਹੜਾ ਛੋਟਾ ਟਰਾਂਸਪੋਰਟ ਹੈ ਉਹ ਇਹ ਤੋਂ ਆਪਦੀ ਰੋਜ਼ੀ ਰੋਟੀ ਚਲਾਉਂਦਾ। ਇਸ ਕਰਕੇ ਵੀ ਜੇਕਰ ਉਹ 15 ਸਾਲ ਪੁਰਾਣੇ ਵੀ ਬੰਦ ਕਰ ਦਿੰਦੇ ਤਾਂ ਕਿ ਅਸੀਂ ਸੜਕਾਂ 'ਤੇ ਫਿਰ ਉਤਰਾਂਗੇ, ਕਿਉਂਕਿ ਜੀ ਜਦੋਂ ਬੇਰੁਜ਼ਗਾਰ ਹੋ ਗਏ ਇਸ ਦੇ ਨਾਲ ਹੀ ਚੋਰੀ ਠੱਗੀ ਬਹੁਤ ਸਾਰੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ। ਜਦੋਂ ਬੱਚੇ ਨੂੰ ਬੱਚੇ ਪਾਲਣ ਵਾਸਤੇ ਉਹਨੂੰ ਕੁਛ ਨਾ ਕੋਈ ਰਾਹ ਤਾਂ ਲੱਭਣਾ ਪੈਂਦਾ, ਚੋਰੀ ਠੱਗੀ ਕਿਸੇ ਤਰ੍ਹਾਂ ਵੀ ਉਹ ਕਰਕੇ ਆਪਦੇ ਬੱਚੇ ਪਾਲਦਾ। ਇਸ ਕਰਕੇ ਜੀ ਅੱਜ ਸਾਡਾ ਮੇਨ ਮਕਸਦ ਇਹੀ ਹੈ, ਵਿਰੋਧ ਵੀ ਇਹੀ ਹੈ, ਅਸੀਂ ਆਪਦੇ ਡਰਾਈਵਰਾਂ ਦੇ ਹੀ ਹਾਰ ਪਾ ਰਹੇ ਹਾਂ ਕਿ ਤੁਸੀਂ ਸਾਡੇ ਧਰਨੇ 'ਚ ਸਾਥ ਨਹੀਂ ਦਿੰਦੇ, ਸਾਡੇ ਨਾਲ ਖੜੋ ਅਤੇ ਸਾਡੇ ਨਾਲ ਰਹੋ, ਇਹ ਕਾਨੂੰਨ ਬਹੁਤ ਹੀ ਮੰਦਭਾਗਾ ਹੈ। ਕੀ ਨਾਮ ਹੈ ਵੀਰੇ ਤੁਹਾਡਾ? ਮੇਰਾ ਨਾਮ ਵੀਰੇ ਪਵਨ ਸ਼ਰਮਾ, ਟਰੱਕ ਯੂਨੀਅਨ ਲਹਿਰਾ ਤੋਂ ਕਮੇਟੀ ਮੈਂਬਰ ਆ। ਪਵਨ ਸ਼ਰਮਾ, ਅੱਜ ਜਾਮ ਕਿੱਥੇ ਲਾਇਆ, ਕਿਉਂ ਲਾਇਆ, ਕੀ ਮੰਗਾਂ ਨੇ? ਇਹ ਜੀ ਅੱਜ ਦਾ ਜਿਹੜਾ ਧਰਨਾ ਸਾਰਾ ਸੰਕੇਤਕ ਧਰਨਾ ਹੈਗਾ, ਸਾਡੀਆਂ ਮੰਗਾਂ ਨੇ ਗੀਆਂ ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਨੇ ਬਣਾਇਆ ਹੈਗਾ ਡਰਾਈਵਰ ਵੀਰਾਂ ਲਈ, ਅਸਲ ਦੇ ਵਿੱਚ ਡਰਾਈਵਰ ਦਾ ਕੋਈ ਹੁੰਦਾ ਨਹੀਂ, ਜਿਹੜਾ ਵੀ ਘਰੋਂ ਆਪਾਂ ਕੋਈ ਵਹੀਕਲ ਲੈ ਕੇ ਲਾਂਗੇ ਸਾਰੇ ਡਰਾਈਵਰ ਬਣ ਜਾਣਾ, ਉਹਨਾਂ ਦੇ ਹੱਕ ਦੇ ਵਿੱਚ ਅੱਜ ਇਹਨਾਂ ਨੇ ਬਿੱਲ ਬਣਾਇਆ ਗਿਆ ਇੱਕ ਮੋਦੀ ਸਰਕਾਰ ਨੇ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਜੇ ਕਿਸੇ ਵੀਰ ਤੋਂ ਐਕਸੀਡੈਂਟ ਹੋ ਜਾਂਦਾ ਹੈਗਾ। ਅਸੀਂ ਉਹ ਕਾਨੂੰਨ ਵਾਪਸ ਕਰਵਾਉਣ ਲਈ ਧਰਨਾ ਲਾਇਆ ਗਿਆ। ਕਿੱਥੇ ਲਾਇਆ? ਅਸੀਂ ਇਹ ਨਹਿਰ 'ਤੇ ਲਾਇਆ ਜੀ ਲਹਿਰਾ ਗਾਗਾ। ਤੁਹਾਡੀ ਮੰਗ ਕੀ ਹੈਗੀ ਹੈ? ਸਾਡੀ ਮੰਗ ਇਹ ਹੈ ਜੀ ਵੀ ਇਹ ਕਾਲੇ ਕਾਨੂੰਨ ਨੇ ਜੋ ਸਾਡੇ ਲਈ ਬਹੁਤ ਹੀ ਮਾੜੇ ਨੇਗੇ, ਕਿਉਂਕਿ ਜਾਣ ਬੁੱਝ ਕੇ ਐਕਸੀਡੈਂਟ ਕੋਈ ਵੀ ਨਹੀਂ ਕਰਦਾ। ਜਦੋਂ ਜੇ ਡਰਾਈਵਰ ਹੈ ਕੋਈ ਪੀਕਅਪ ਵਾਲਾ ਵੀਰ ਹੈ ਜਦੋਂ ਸਾਰੀ ਡਰਾਈਵਰ ਆ ਗਏ, ਜੇ ਮੌਕੇ 'ਤੇ ਐਕਸੀਡੈਂਟ ਹੋ ਜਾਂਦਾ ਹੈਗਾ
ਉੱਥੇ ਰੁਕਦਾ ਹੈਗਾ ਤਾਂ ਪਬਲਿਕ ਉਹ ਬੰਦੇ ਨੂੰ ਮਾਰ ਦਿੰਦੀ ਹੈ ਕੁੱਟ ਕੁੱਟ ਕੇ। ਜੇ ਨਹੀਂ ਰੁਕਦਾ ਤਾਂ ਹੁਣ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਤਾ ਵੀ 10 ਸਾਲ ਦੀ ਸਜ਼ਾ, 7 ਲੱਖ ਰੁਪਏ ਜੁਰਮਾਨਾ। ਇਹੋ ਜਿਹਾ ਕੋਈ ਵੀ ਨਹੀਂ ਹੈਗਾ ਜਿਹਦੇ ਘਰ ਅੱਜ 7 ਲੱਖ ਰੁਪਏ ਦੇਣ ਨੂੰ ਹੈ ਜਾਂ ਜੁਰਮਾਨਾ ਸਜ਼ਾ ਕੱਟਣ ਨੂੰ ਹੈ, ਕਿਉਂਕਿ 6-6, 7-7 ਹਜ਼ਾਰ ਰੁਪਏ ਡਰਾਈਵਰਾਂ ਦੀਆਂ ਤਨਖਾਹਾਂ ਨੇ। ਪਹਿਲੀ ਕੋਈ ਵਧੀਆ ਫੈਸਿਲਿਟੀ ਨਹੀਂ ਹੈਗੀ। ਜੇ ਅਸਲ ਕੀ ਮੋਦੀ ਸਰਕਾਰ ਨੂੰ ਚਾਹੀਦੇ, ਕਿਉਂਕਿ ਕਰੋਨਾ ਦੇ ਟਾਈਮ ਇਹ ਡਰਾਈਵਰ ਵੀਰੇ ਸੀ ਜਿਹੜੇ ਇਕੱਲੇ ਸੜਕ 'ਤੇ ਘੁੰਮ ਰਹੇ ਸੀਗੇ, ਜਿਹੜੇ ਜਗ੍ਹਾ ਜਗ੍ਹਾ ਦੀ ਚੀਜ਼ ਉਹਨਾਂ ਤੋਂ ਪਰਾਂ ਲੈ ਕੇ ਜਾ ਰਹੇ ਸੀ। ਬਾਕੀ ਅਸੀਂ ਡਿਪੂ ਵਾਲੇ ਵੀਰਾਂ ਨੇ, ਸਾਡਿਆਂ ਨੇ ਪਰਸੋਂ ਹੜਤਾਲ ਕਰਕੇ ਸਹਿਯੋਗ ਦੇ ਵੀ ਦਿੱਤਾ ਹੈਗਾ। ਪਤਾ ਵੀ ਲੱਗ ਗਿਆ ਉਹਨਾਂ ਸਰਕਾਰ ਨੂੰ ਵੀ ਸਾਡਾ ਜਿਹੜਾ ਡਰਾਈਵਰ ਮਹਿਕਮਾ ਹੈਗਾ ਇਹ ਤਾਂ ਇੱਕ ਰੀੜ ਦੀ ਹੱਡੀ ਹੈਗੀ। ਜਿਵੇਂ ਦੇਸ਼ ਨੂੰ ਫੌਜ ਦੀ ਲੋੜ ਹੈਗੀ, ਉਸੇ ਤਰ੍ਹਾਂ ਦੇਸ਼ ਨੂੰ ਡਰਾਈਵਰਾਂ ਦੀ ਵੀ ਲੋੜ ਹੈਗੀ। ਅਤੇ ਕੱਲ੍ਹ ਨੂੰ ਜਿਹੜਾ ਸਾਡਾ ਧਰਨਾ ਹੈਗਾ, ਇੱਕ ਅਸੀਂ ਜਾ ਕੇ ਦੇ ਰਹੇ, ਕੱਲ੍ਹ ਨੂੰ ਸਾਡਾ ਭਵਾਨੀਗੜ੍ਹ ਚੰਨੋ ਟੂਲ 'ਤੇ ਧਰਨਾ ਹੈਗਾ, ਆਲ ਪੰਜਾਬ ਵੱਲੋਂ ਧਰਨਾ ਹੈਗਾ ਉਹ, ਜੋ ਕਿ ਟੂਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰੱਖਿਆ ਜਾਊਗਾ। ਜੋ ਵੀ ਨਿਸ਼ਚੀ ਹੋਊਗੀ ਅੱਗੇ ਦਾ ਫੈਸਲਾ ਉੱਥੇ ਸਾਡਾ, ਜੋ ਵੀ ਕੋਰ ਕਮੇਟੀ ਕਰੂਗੀ ਉਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਡਰਾਈਵਰ ਆਦਮੀ ਹਾਂ, ਸਾਡੀ 7-8 ਹਜ਼ਾਰ ਰੁਪਇਆ ਤਨਖਾਹ ਹੁੰਦੀ ਆ ਸਾਰੀ। ਅਸੀਂ ਜਦੋਂ ਵੀ ਗੱਡੀ ਦੇ ਸਟੇਅਰਿੰਗ 'ਤੇ ਬਹਿੰਦੇ ਹਾਂ, ਬਾਬੇ ਦਾ ਨਾਂ ਧਿਆ ਕੇ ਫਿਰ ਚੱਲਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ। ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ। ਹੁਣ ਮੰਨ ਲਓ ਜੇ ਕਿਤੇ ਇੰਸੀਡੈਂਟ ਹੋ ਗਿਆ, ਪਬਲਿਕ ਕੁੱਟ ਕੁੱਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਹੈ, ਮਾਰ ਵੀ ਦਿੰਦੇ ਹੈ। ਤੁਹਾਨੂੰ ਪਤਾ ਸੇਬਾਂ ਵਾਲੀ ਗੱਡੀ ਪਲਟ ਜੇ ਚੱਕ ਕੇ ਸਭ ਕੁਛ ਲੈ ਜਾਂਦੇ ਹੈ, ਉਦੋਂ ਸਰਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਹੈ ਤਾਂ ਸਾਨੂੰ 2 ਕਰੋੜ ਰੁਪਇਆ ਦੇਣਗੇ ਸਾਡੇ ਬੱਚਿਆਂ ਵਾਸਤੇ? ਹੁਣ ਅਸੀਂ ਤਾਂ ਜੇਲ੍ਹ ਕੱਟਣ ਵਗ ਜਾਂਗੇ। 7 ਹਜ਼ਾਰ ਰੁਪਈਏ ਨਾਲ ਅਸੀਂ ਆਪਦਾ ਘਰ ਚਲਾਉਂਦੇ ਹਾਂ, ਅਸੀਂ ਜੇਲ੍ਹ 'ਚ ਵਗ ਗਏ 10 ਸਾਲ, ਸਾਡੇ ਬੱਚਿਆਂ ਨੂੰ ਕੌਣ ਸਾਂਭੂਗਾ? ਵੀ ਇਹਦੇ ਨਾਲੋਂ ਤਾਂ ਅਸੀਂ ਦਿਹਾੜੀ ਕਰ ਲਾਂਗੇ ਜੀ, ਉਹ ਚੰਗੇ। ਅਸੀਂ ਤਾਂ ਚਾਬੀਆਂ ਧਰਤੀਆਂ ਵੈਸੇ ਹੀ ਨਹੀਂ ਉਨਾ ਚਿਰ ਚਲਾਉਂਦੇ, ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਵੀ ਦਿਹਾੜੀ ਕਰ ਲਿਆ ਕਰਾਂਗੇ।